ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ 'ਤੇ ਹੱਥਾਂ ਨਾਲ ਬਣਾਉਣ ਵਾਲੀਆਂ ਵਸਤਾਂ ਦੇ ਕਾਰੀਗਰਾਂ ਨੂੰ ਸਨਮਾਨਿਤ ਕਰਨ ਲਈ 29 ਜੁਲਾਈ ਤੋਂ 2 ਅਗਸਤ ਤੱਕ ਅੰਮ੍ਰਿਤਸਰ ਦੇ ਅਰਬਨ ਹਾਰਟ ਵਿਖੇ ਮੇਲਾ ਲਗਾਇਆ ਜਾਵੇਗਾ। ਇਸ ਮੌਕੇ 'ਤੇ ਡਾਕਟਰ ਇੰਦਰਜੀਤ ਕੌਰ ਨੇ ਕਿਹਾ ਕਿ 29 ਜੁਲਾਈ ਨੂੰ ਸਵੇਰੇ 10 ਵਜੇ ਅਰਬਨ ਹਾਰਟ ਤੋਂ ਕਾਰੀਗਰਾਂ ਦੇ ਸਨਮਾਨ ਵਿੱਚ ਇੱਕ ਫੇਰੀ ਕੱਢੀ ਜਾਵੇਗੀ ਅਤੇ ਮੇਲੇ ਦਾ ਉਦਘਾਟਨ ਵੀ ਕੀਤਾ ਜਾਵੇਗਾ। ਫਤਿਹ, ਸਾਰੀ ਸੰਗਤ ਤੋਂ ਬੇਨਤੀ ਹੈ ਕਿ ਐਤਕੀ ਅਸੀਂ ਭਗਤ ਪੂਰਨ ਸਿੰਘ ਜੀ ਦੇ 26ਵੇਂ ਬਰਸੇ ਦੇ ਨਾਲ ਨਾਲ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਉਤਸਵ ਵੀ ਮਨਾ ਰਹੇ ਹਾਂ। ਉਹਨਾਂ ਦਾ ਸੁਨੇਹਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਤਾਂ ਇਹ ਸੁਨੇਹੇ ਨੂੰ ਅਸੀਂ ਚਾਹੁੰਦੇ ਹਾਂ ਸਾਰੇ ਸੰਸਾਰ 'ਚ ਫੈਲਾਤਾ ਜਾਵੇ। ਸਾਨੂੰ ਇਹ ਕੰਮ ਕਰਨ 'ਤੇ ਮਹਿਸੂਸ ਹੋਇਆ ਕਿ ਇਹ ਜੋ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਨਾ ਮੰਨਣ ਕਰਕੇ ਪੰਜਾਬ ਦਾ ਬੁਰਾ ਹਾਲ ਹੈ। ਸਾਡੇ ਜਿਹੜੇ ਬੱਚੇ ਨੇ ਉਹ ਜਵਾਨ, ਉਹਨਾਂ 'ਚ ਤਾਕਤ ਨਹੀਂ ਰਹੀ, ਫੌਜ 'ਚ ਭਰਤੀ ਨਹੀਂ ਹੁੰਦੇ, ਨਸ਼ੇ ਕਰਦੇ ਨੇ, ਬੇਰੁਜ਼ਗਾਰੀ ਕਰਕੇ ਧੱਕੇ ਖਾਂਦੇ ਫਿਰਦੇ ਆ, ਉਹ ਜਿੰਨੀਆਂ ਸਮੱਸਿਆਵਾਂ ਨੇ, ਫਿਰ ਉਹ ਗਲਤ ਕੰਮ ਵੀ ਕਰਦੇ ਆ, ਨਸ਼ੇ ਕਰਨ ਦੇ ਨਾਲ ਪੁੱਠੇ ਕੰਮ ਵੀ ਕਰਦੇ ਆ, ਕਰੈਕਟਰ ਪਿੱਛੋਂ ਵੀ ਗਲਤ ਕੰਮ ਕਰਦੇ ਆ, ਲੁਟੇਰੇ ਵੀ ਬਣ ਗਏ ਆ ਅਤੇ ਆਪਣੀਆਂ ਜਾਨਾਂ ਗਵਾ ਰਹੇ ਨੇ। ਇਹਨਾਂ ਸਾਰਿਆਂ ਸਮੱਸਿਆਵਾਂ ਦਾ ਹੱਲ ਜਦੋਂ ਅਸੀਂ ਇਸ ਦਿਸ਼ਾ 'ਚ ਕੰਮ ਕੀਤਾ ਤਾਂ ਸਾਨੂੰ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਨਾ ਮੰਨਣ ਕਰਕੇ ਹੀ ਅਸੀਂ ਆਪਣੇ ਪੰਜਾਬ ਦਾ ਬੁਰਾ ਹੱਲ ਕਰ ਲਿਆ। ਅਸੀਂ ਇਹ ਜਿਹੜਾ ਸੁਨੇਹਾ ਇਹ ਕਿਰਤੀ ਮੇਲੇ ਰਾਹੀਂ ਲੋਕਾਂ ਰਾਹੀਂ ਪਹੁੰਚਾਉਣਾ ਚਾਹੁੰਦੇ ਹਾਂ। ਸਾਡੇ ਬੱਚੇ ਕਿਰਤ ਤਾਂ ਨਹੀਂ ਕਰਦੇ ਕਿਉਂਕਿ ਅਸੀਂ ਕਿਰਤੀਆਂ ਦੀ ਇੱਜ਼ਤ ਨਹੀਂ ਕਰਦੇ। ਬਾਹਰਲੇ ਦੇਸ਼ਾਂ ਵਿੱਚ ਕਿਰਤੀਆਂ ਦੀ ਬਹੁਤ ਇੱਜ਼ਤ ਹੈ, ਭਾਵੇਂ ਕੋਈ ਮੋਟਰਸਾਈਕਲ, ਭਾਵੇਂ ਕੋਈ ਟਰਾਲਾ ਚਲਾਉਂਦਾ ਹੋਵੇ, ਭਾਵੇਂ ਕੋਈ ਟੈਕਸੀ ਚਲਾਉਂਦਾ ਹੋਵੇ, ਭਾਵੇਂ ਕੋਈ MLA ਜਾਂ MP ਹੋਵੇ, ਸਭ ਬਰਾਬਰ ਨੇ। ਪਰ ਸਾਡੇ ਇੱਥੇ ਬਹੁਤ ਫਰਕ ਹੈ ਕਿਰਤੀਆਂ ਵਿੱਚ ਅਤੇ ਦੂਜਿਆਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ, ਤਾਂ ਹੀ ਸਾਡੇ ਬੱਚੇ ਬਾਹਰ ਜਾ ਕੇ ਕਿਰਤ ਕਰਦੇ ਆ, ਇੱਥੇ ਕਿਰਤ ਨਹੀਂ ਕਰਨਾ ਚਾਹੁੰਦੇ। ਅਤੇ ਜੇ ਅਸੀਂ ਕਿਰਤੀਆਂ ਦਾ ਸਤਿਕਾਰ ਕਰਨ ਲੱਗ ਜਾਈਏ ਤਾਂ ਸਾਡੇ ਜਿਹੜੇ ਬੱਚੇ ਨੇ ਆਪੇ ਹੀ ਕਿਰਤ ਕਰਨ ਲੱਗ ਜਾਣਗੇ। ਸਾਡੇ ਕੋਲ ਆ ਰਹੇ ਨੇ ਸਭ ਤਰ੍ਹਾਂ ਦੇ ਬਰਤਨ ਬਣਾਉਣ ਵਾਲੇ, ਜਿਸ ਤਰ੍ਹਾਂ ਕਿ ਮਿੱਟੀ ਦੇ ਭਾਂਡੇ, ਪਿੱਤਲ ਦੇ ਭਾਂਡੇ, ਕਹਿਣ ਦੇ ਭਾਂਡੇ, ਸਰਬਲੋਹ ਦੇ ਭਾਂਡੇ, ਇੱਕ ਤਾਂ ਇਹ ਹੋ ਗਏ। ਦੂਸਰਾ ਜਿਹੜੇ ਕਿਰਤੀ ਨੇ ਜਿਵੇਂ ਬੱਚੀਆਂ ਬੀਬੀਆਂ ਨੇ ਉਹ ਹੱਥ ਨਾਲ ਕਢਾਈ ਕਰਨੀ, ਚੁੰਨੀਆਂ ਕੱਢਣੀਆਂ, ਨਾਲੇ ਬਣਾਉਣੇ, ਪਰਾਂਦੇ ਬਣਾਉਣੇ, ਜੁੱਤੀਆਂ ਕੱਢਣ ਵਾਲੀਆਂ ਜਿਹੜੇ ਹੱਥ ਨਾਲ ਜੁੱਤੀ ਬਣਾਉਂਦੇ ਆ ਸਾਡੇ ਮੋਚੀ ਭਰਾ, ਉਹ ਵੀ ਆਉਣਗੇ। ਤੰਤੀ ਸਾਜਾਂ ਵਾਲੇ ਵੀ ਆਉਣਗੇ, ਜਿਹੜੇ ਕਿ ਫਿਰ ਜਿਹੜੇ ਤੰਤੀ ਸਾਜ ਬਣਾਉਂਦੇ ਆ ਸੰਤ ਕਿਸ਼ਨ ਸਿੰਘ ਜੀ ਆ, ਅਤੇ ਜਲੰਧਰ ਤੋਂ ਗੁਰਦਿਆਲ ਸਿੰਘ ਜੀ ਨੇ, ਉਹ ਦੋ ਜਿਹੜੇ ਨੇ ਤੰਤੀ ਸਾਜਾਂ ਵਾਲੇ ਆਉਣਗੇ। ਅਤੇ ਬਾਕੀ ਜਿਹੜੇ ਆਰਟਿਸਟ ਬੜੇ ਆ ਰਹੇ ਨੇ ਸਾਡੇ ਕੋਲ ਜਿਹੜੇ ਪੇਂਟਿੰਗ ਕਰਦੇ ਆ, ਇੱਕ ਹਾਲ ਸਾਡਾ ਸਾਰਾ ਆਰਟਿਸਟਾਂ ਨਾਲ ਭਰਿਆ ਹੋਏਗਾ। ਸਕਲਪਚਰ ਬਣਾਉਂਦੇ ਆ ਉਹ ਵੀ ਆਉਣਗੇ, ਗੁੰਬਦ ਬਣਾਉਂਦੇ ਆ ਉਹ ਵੀ ਆਉਣਗੇ, ਜਿਹੜੇ ਗਹਿਣੇ ਬਣਾਉਂਦੇ ਆ ਲਾਖ ਦੇ, ਰਾਜਸਥਾਨ ਤੋਂ ਵੀ ਟੀਮ ਆ ਰਹੀ ਹੈ, ਪਟਿਆਲੇ ਤੋਂ ਵੀ ਟੀਮ ਆ ਰਹੀ ਹੈ। 29 ਤੋਂ ਲੈ ਕੇ 29 ਜੁਲਾਈ ਤੋਂ ਸਵੇਰੇ 10 ਵਜੇ ਪ੍ਰੋਗਰਾਮ ਸ਼ੁਰੂ ਹੋਏਗਾ। ਮਸ਼ਾਲ ਦੇ ਨਾਲ ਪਹਿਲਾਂ ਅਸੀਂ ਜਲੂਸ ਕੱਢਾਂਗੇ, ਉਸ ਤੋਂ ਬਾਅਦ 2 ਅਗਸਤ ਤੱਕ ਇਹ ਕੰਮ ਚੱਲੇਗਾ। ਨਾਲ ਨਾਲ ਸੱਭਿਆਚਾਰਕ ਪ੍ਰੋਗਰਾਮ ਹੋਏਗਾ, ਨਾਲ ਨਾਲ ਅੱਛੇ ਗਾਇਕ ਵੀ ਆਉਣਗੇ ਸਾਡੇ ਕੋਲ, ਜਿਹੜੇ ਨਾਲੇ ਸਾਡੇ ਆਪਣੇ ਬੱਚੇ ਵੀ ਪਿੰਗਲ ਸੰਸਥਾ ਦੇ ਵੀ ਪ੍ਰੋਗਰਾਮ ਦੇਣਗੇ, ਡੈਫ ਬੱਚੇ ਵੀ ਪ੍ਰੋਗਰਾਮ ਦੇਣਗੇ। ਐਤਕੀ ਮਾਨਾਂ ਵਾਲੇ ਪ੍ਰੋਗਰਾਮ ਨਹੀਂ ਹੋਏਗਾ, ਬੱਚਿਆਂ ਦਾ ਵੀ ਪ੍ਰੋਗਰਾਮ ਇੱਥੇ ਹੀ ਹੋਏਗਾ ਜੀ। ਵੈਸੇ ਤਾਂ ਮੈਨੂੰ ਲੱਗਦਾ ਸਰਕਾਰ ਵੀ ਕਰ ਰਹੀ ਹੈ, ਇਸ ਪਾਸੇ ਧਿਆਨ ਦੇ ਰਹੀ ਹੈ, ਆਈਟੀਆਈ ਜਿਹੜੇ ਇੰਸਟੀਟਿਊਸ਼ਨ ਬਣੇ ਹੋਏ ਨੇ। ਪਰ ਮੈਂ ਕਹਿੰਦੀ ਹਾਂ ਵੀ ਸਕੂਲਾਂ ਦੇ ਵਿੱਚ ਵੀ ਹੁਣ ਪਿੱਛੇ ਜਾਇਆ ਸੀ ਵੀ ਇੱਕ ਬੱਚੇ ਕੋਲੋਂ ਕੂੜਾ ਸੁੱਟਤਾ, ਬੜਾ ਰੌਲਾ ਪੈ ਗਿਆ। ਇਹ ਗਲਤ ਗੱਲ ਹੈ, ਬੱਚਿਆਂ ਨੂੰ ਆਪਣਾ ਸਕੂਲ ਆਪ ਸਾਫ਼ ਕਰਨ ਦੀ ਹੱਥ ਪਾਉਣੀ ਚਾਹੀਦੀ ਹੈ, ਉਹਨਾਂ ਨੂੰ ਪਤਾ ਲੱਗੇ ਵੀ ਹੱਥ ਨਾਲ ਜਿਹੜਾ ਕਿਰਤ। ਅੱਛਾ, ਫਿਰ ਜਿਹੜੇ ਸਫਾਈ ਵਾਲੇ ਸੇਵਕ ਨੇ ਸਕੂਲਾਂ ਵਿੱਚ, ਉਹਨਾਂ ਨੂੰ ਵੀ ਇੱਜ਼ਤ ਨਾਲ ਬੁਲਾਇਆ ਜਾਣਾ ਚਾਹੀਦਾ। ਠੀਕ ਹੈ।